ਜੀ ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਅਸੀਂ ਪਹੁੰਚ ਕੇ ਅੱਜ ਦਰਗਾਹ ਹਜ਼ਰਤ ਮੀਆਂ ਮੀਰ ਰਹਿਮਤੁਲਾਹ ਅਲੈਹ, ਤੁਸੀਂ ਅਗਰ ਕਹਿ ਲਵੋ ਕਿ ਸਾਊਥ ਈਸਟ ਦੇ ਵਿੱਚ ਲਾਹੌਰ ਦੇ ਅਗਰ ਤੁਸੀਂ ਆਉਂਦੇ ਹੋ ਤਾਂ ਦਰਗਾਹ ਹਜ਼ਰਤ ਮੀਆਂ ਮੀਰ ਕਿਸੇ ਨਾਮ ਦੇ ਮੁਹਤਾਜ ਨਹੀਂ ਹੈ। ਆਪਣੇ ਵਕਤ ਦੇ ਇੱਕ ਬਹੁਤ ਪਾਏ ਦੇ ਸੂਫੀ ਗੁਜ਼ਰੇ ਨੇ, ਇੱਕ ਬਜ਼ੁਰਗ ਗੁਜ਼ਰੇ ਨੇ ਜਿਨ੍ਹਾਂ ਨੇ ਇਨਸਾਨੀਅਤ ਨਾਲ ਪਿਆਰ ਕੀਤਾ ਹੈ। ਉਹਨਾਂ ਦੀ ਇਨਸਾਨੀਅਤ ਦੀ ਪਿਆਰ ਦਾ ਜਿਹੜਾ ਸਬੂਤ ਹੈ ਉਹ ਤੁਹਾਡੇ ਸਾਹਮਣੇ ਇਹ ਸਾਡੇ ਇੱਕ ਸਿੰਘ ਭਰਾ ਖਲੋਤੇ ਹੋਏ ਨੇ, ਇਹ ਵੀ ਇਹਨਾਂ ਦੀ ਦਰਗਾਹ ਦੇ ਉੱਤੇ ਆਏ ਨੇ ਸਲਾਮ ਕਰਨ ਲਈ, ਇਸ ਵਾਸਤੇ ਕਿ ਜਿਹੜਾ ਦੱਸਿਆ ਜਾਂਦਾ, ਜਿਹੜਾ ਇਤਿਹਾਸ ਦੇ ਵਿੱਚ ਮੈਨਸ਼ਨ ਹੈ, ਤਵਾਰੀਖ ਦੇ ਵਿੱਚ ਲਿਖਿਆ ਹੋਇਆ, ਉਹ ਇਹੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਗੁਰੂ ਸਾਹਿਬ ਨੇ ਆਪਣਾ ਹਜ਼ਰਤ ਮੀਆਂ ਮੀਰ ਨੇ ਕਿ ਤਸਵੀਆ ਹੋ ਜਾਏ। ਫਿਰ ਉਸ ਤੋਂ ਬਾਅਦ ਦੂਸਰਾ ਵੱਡਾ ਵਾਕਿਆ ਜਿਹੜਾ ਇਹਨਾਂ ਦਾ ਉਹ ਇਹ ਹੈ ਕਿ ਇਹਨਾਂ ਨੇ ਦਰਬਾਰ ਸਾਹਿਬ ਹਰਿਮੰਦਰ ਅੰਮ੍ਰਿਤਸਰ ਦੀ ਜਿਹੜੀ ਹੈ ਨੀਂਹ ਪੱਥਰ ਜਿਹੜਾ ਸਪੈਸ਼ਲੀ ਬੁਲਾਇਆ ਗਿਆ ਸੀ ਉੱਥੇ, ਔਰ ਉੱਥੇ ਇਹਨਾਂ ਕੋਲੋਂ ਨੀਂਹ ਪੱਥਰ ਖਵਾਇਆ ਗਿਆ ਸੀ। ਅਤੇ ਅਸੀਂ ਉਸੇ ਹੀ ਕਹਿ ਲਵੋ ਤੁਸੀਂ ਕਿ ਸਿੱਖ ਮੁਸਲਿਮ ਮੁਹੱਬਤ ਨੂੰ ਜ਼ਿੰਦਾ ਰੱਖਣ ਲਈ ਅੱਜ ਇਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ। ਸਾਡੇ ਵੀਰ ਨਿਸ਼ਾਨ ਸਿੰਘ ਜੀ ਜਿਹੜੇ ਨੇ ਮੈਲਬਰਨ ਤੋਂ ਪਹੁੰਚੇ ਨੇ, ਔਰ ਉਸੇ ਪਿਆਰ ਮੁਹੱਬਤ ਦਾ ਇਜ਼ਹਾਰ ਕਰਨ ਵਾਸਤੇ ਅਸੀਂ ਆਏ ਹਾਂ। ਅਤੇ ਥੋੜ੍ਹਾ ਜਿੰਨਾ ਪਹਿਲੇ ਤਾਂ ਅਸੀਂ ਮਜ਼ੀਦ ਜਿਹੜੀ ਹੈ ਸਾਡੇ ਅਹਿਮਦ ਹਸਨ ਸਾਹਿਬ ਥੋੜ੍ਹਾ ਜਿੰਨਾ ਹੋਲੀਸਟਾਈਨਸ ਦੇ ਹਵਾਲੇ ਨਾਲ ਥੋੜ੍ਹਾ ਜਿੰਨਾ ਮੀਆਂ ਮੀਰ ਸਰਕਾਰ ਦੇ ਬਾਰੇ ਦੱਸਣਗੇ। ਸਾਹਿਬ ਜੀ, ਹਜ਼ਰਤ ਮੀਰ ਸਾਹਿਬ ਰਹਿਮਤੁਲਾਹ ਅਲੈਹ ਸਿੰਧ ਤੋਂ ਲਾਹੌਰ ਤਸ਼ਰੀਫ ਲੈ ਕੇ ਆਏ ਸੀ, ਅਤੇ ਸਿੰਧ ਤੋਂ ਸੇਵਨ ਜਿਹੜੇ ਅੱਜ ਕੱਲ੍ਹ ਮਸ਼ਹੂਰ ਹੈ ਸੇਵਨ ਸ਼ਰੀਫ, ਆਪ ਦੀ ਡੇਟ ਬਜਾਜ ਉੱਥੋਂ ਦੀ ਹੈ। ਅਤੇ ਆਪ ਦਾ ਤਾਲੁਕ ਸੈਦ ਅਬੂ ਬਕਰ ਸਦੀਕ ਰਹਿਮਤੁਲਾਹ ਅਲੈਹ ਦੀ, ਸੋਰੀ ਆਈ ਐਮ ਸੋਰੀ, ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹਾ ਦੀ ਲੜ ਚੋ 26ਵੀਂ ਪੀੜ੍ਹੀ 'ਚ ਹੋਏ ਨੇ ਆਪ। ਠੀਕ ਹੈ। ਦਾਰਾ ਸ਼ਿਕਵਾ ਨੇ ਆਪ ਦਾ ਮਜ਼ਾਰ ਬਣਾਇਆ ਸੀ, ਜਿੱਥੋਂ ਤੱਕ ਮੈਨੂੰ ਪਤਾ ਸਿੱਖ ਹਵਾਲੇ ਤੋਂ, ਸਿੱਖ ਇਤਿਹਾਸ ਦੇ ਹਵਾਲੇ ਤੋਂ, ਜਿੰਨਾ ਪਿਆਰ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਨੂੰ ਕਰਦੇ ਸੀ, ਮੇਰੇ ਵਰਗਾ ਤੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਕਿ ਕਿੰਨਾ ਪਿਆਰ ਕਰਦੇ ਸੀਗੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਆ, ਅਸੀਂ ਪੜ੍ਹਦੇ ਹਾਂ ਇਤਿਹਾਸ 'ਚ ਕਿੰਨਾ ਉਹਨਾਂ ਨੇ ਮਤਲਬ ਸਾਈ ਮੀਆਂ ਮੀਰ ਜੀ ਨੇ ਹੱਦ ਤੋਂ ਵੱਧ ਜ਼ੋਰ ਲਾਇਆ ਕਿ ਨਾ ਹੋਵੇ, ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀਗਾ ਕਿ ਤੁਸੀਂ ਪਰਮੇਸ਼ਰ ਦੇ ਭਾਣੇ ਵਿੱਚ ਰਹੋ। ਅਤੇ ਉਹ ਜਿਵੇਂ ਤੁਸੀਂ ਦੱਸਿਆ ਅੱਗੇ ਕਿ ਨੀਂਹ ਪੱਥਰ ਰੱਖਿਆ ਗਿਆ ਹਰਿਮੰਦਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰ ਸੀਗਾ ਸਾਈ ਮੀਆਂ ਮੀਰ ਜੀ, ਅਤੇ ਜਿਹੜੇ ਇੰਨਾ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ, ਖਾਸ ਤੌਰ 'ਤੇ ਉਹਨਾਂ ਨੇ ਆਪਣਾ ਮੁਸਲਮਾਨ ਮਜ਼ਹਬ 'ਚ ਰਹਿ ਕੇ ਆਪਣੇ ਉਸੇ ਸਰੂਪ ਦੇ ਵਿੱਚ ਰਹਿ ਕੇ ਗੁਰੂ ਸਾਹਿਬ ਨੂੰ ਇੰਨਾ ਪਿਆਰ ਕੀਤਾ। ਅੱਜ ਅਸੀਂ ਦੇਖੋ ਉਹਦਾ ਮਕਸਦ ਸੀ ਇੱਕ ਰੱਬ ਨੂੰ ਮੰਨਣਾ, ਤੌਹੀਦ ਤੇ ਇਮਾਨ ਰੱਖਣਾ, ਇਸ ਵਜ੍ਹਾ ਨਾਲ ਹੀ ਉਹ ਪਿਆਰ ਕਰਦੇ ਸੀ ਕਿ ਜਿੱਦਾਂ ਆ ਜਿਹੜੀ ਸ਼ਰਧਾ ਅੱਜ ਸਾਡੇ ਸਿੰਘ ਭਰਾਵਾਂ ਦੇ ਵਿੱਚ ਕਿ ਇੱਕ ਰੱਬ ਨੂੰ ਮਾਨਤਾ ਜਿਹੜੀ ਹੈ ਉਹਨੂੰ ਹੀ ਲੈ ਕੇ ਇੰਨਾ ਪਿਆਰ ਸੀ ਉਹਨਾਂ ਦਾ ਸਾਰਿਆਂ ਦਾ। ਬਾਕੀ ਸੂਫੀ ਸੈਂਟਸ ਤੁਹਾਨੂੰ ਪਤਾ ਹੀ ਹੈ, ਜਿੱਥੇ ਵੀ ਗੁਜ਼ਰੇ ਨੇ ਉਹਨਾਂ ਨੇ ਇਨਸਾਨੀਅਤ ਦੇ ਨਾਲ ਮੁਹੱਬਤ ਕੀਤੀ ਹੈ ਬਿਨਾਂ ਮਜ਼ੇ। ਆਓ ਜੀ ਚੱਲਦੇ ਹਾਂ। ਹਾਂਜੀ ਜੀ, ਕਬੂਤਰ ਇੱਥੇ ਦੀ ਪਹਿਚਾਣ ਹੈ ਜੀ, ਚੋਗ ਪਾਉਂਦੇ ਆ ਲੋਕ, ਔਰ ਇਸ ਵੇਲੇ ਚੋਗ ਦਾ ਟਾਈਮ ਨਹੀਂ ਹੈ ਨਾ ਉਹਨਾਂ ਦਾ, ਸਵੇਰੇ ਸਵੇਰੇ ਰਸ਼ ਹੁੰਦਾ ਉਹਨਾਂ 'ਤੇ, ਜਾਂ ਫਿਰ ਇਸ ਪਾਸੋਂ ਚਲੋ ਠੀਕ ਹੈ, ਇੱਧਰੋਂ ਮੇਰਾ ਬੀਬੀਆਂ ਦਾ ਨਾ ਇਸੇ ਲਈ। ਹਾਂਜੀ ਬੀਬੀਆਂ ਲਈ ਲਾਗਾ ਜੀ ਬਿਲਕੁਲ ਹਸਨ ਬਾਈ, ਤੁਹਾਨੂੰ ਇਨਫੋਰਮ ਕਰਾਂਗੇ ਕਿ ਜਦੋਂ ਅਸੀਂ ਹਸਨ ਅਬਦਾਲ ਆਏ ਤਾਂ ਤੁਹਾਨੂੰ ਇਨਫੋਰਮ ਕਰਕੇ ਆਵਾਂਗੇ ਜੀ। ਔਰ ਸਾਹਮਣੇ ਜਿਹੜੀ ਹੈ ਜੀ ਜਾਮਿਆ ਮਸਜਿਦ ਹੈ, ਇੱਥੇ ਦੀ ਹਜ਼ਰਤ ਮੀਆਂ ਮੀਰ ਦਰਬਾਰ ਦੇ ਲਾਗੇ ਜਿਹੜੀ ਹੈ ਮਸਜਿਦ ਵੀ ਹੈ ਜੀ ਵੱਡੀ, ਔਰ ਮਤਲਬ ਕਿ ਜਿੱਥੇ ਮੁਸਲਮਾਨ ਪੰਜ ਵਕਤ ਦੀ ਨਮਾਜ਼ ਅਦਾ ਕਰਦੇ ਨੇ ਜੋ ਕਿ ਹਰ ਮੁਸਲਮਾਨ 'ਤੇ ਫਰਜ਼ ਹੈ। ਇਹ ਪਹਿਲੇ ਗੱਦੀ ਨਸ਼ੀਨ ਅਤੇ ਖਲੀਫਾ ਇਹਨਾਂ ਦੇ ਜਿਹੜੇ ਅਫਗਾਨ ਨੇ ਮੀਆਂ ਮੀਰ ਸਾਹਿਬ ਦੇ ਪੰਜ ਨੇ। ਅੱਛਾ ਜੀ। ਹਾਂ, ਉਹਨਾਂ ਦੀ ਭੈਣ ਸੀ ਜਮਾਲ ਖਾਤੂਨ, ਉਹਨਾਂ ਦੇ ਬੇਟੇ ਨੇ ਦਾਰਾ ਸ਼ਿਕਵਾ, ਇਹਨਾਂ ਨੇ ਜ਼ਿੰਮੇ ਸਾਰੀ ਇਹਨਾਂ ਦੀ ਮਤਲਬ ਲਾਈ। ਸੋ ਮੀਆਂ ਮੀਰ ਜੀ ਤੋਂ ਬਾਅਦ 'ਚ ਇਹ ਜ਼ਿੰਮੇਵਾਰੀ ਸੰਭਾਲਦੇ ਸੀ? ਇਹ ਸੰਭਾਲਦੇ ਸੀ ਜ਼ਿੰਮੇਵਾਰੀ। ਅੱਛਾ ਜੀ। ਅਤੇ ਉਹਨਾਂ ਦੇ ਮਰੀਦ ਨੇ ਸਾਡਾ ਸਾਲੇ ਕਸ਼ਮੀਰੀ,
ਅੱਛਾ ਅੱਛਾ ਸਾਲੇ ਕਸ਼ਮੀਰੀ ਜੀ ਦਾ ਨਾਮ ਆਉਂਦਾ ਬਿਲਕੁਲ ਜੀ। ਤੁਸੀਂ ਦੇਖ ਰਹੇ ਹੋ ਜੀ ਦਰਗਾਹ ਹਜ਼ਰਤ ਮੀਆਂ ਮੀਰ ਸਾਊਥ ਈਸਟ ਜਿਹੜੀ ਹੈ ਲਾਹੌਰ ਹੈ ਕੰਟੋਨਮੈਂਟ ਦਾ ਏਰੀਆ ਹੈ ਜੀ। ਸਭ ਨੂੰ ਜੀ ਬਹੁਤ ਬਹੁਤ ਪਿਆਰ ਭਰੀ ਅਦਾਬ, ਅਸਲਾਮ ਅਲੈਕੁਮ। ਔਰ ਤੁਸੀਂ ਦੇਖ ਰਹੇ ਹੋ ਦਰਗਾਹ ਹਜ਼ਰਤ ਮੀਆਂ ਮੀਰ ਔਰ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਸਾਡੇ ਅਹਿਮਦ ਹਸਨ ਸਾਹਿਬ ਔਰ ਨਾਲ ਹੀ ਨਾਲ ਨਿਸ਼ਾਨ ਸਿੰਘ ਔਰ ਮੇਰਾ ਭਤੀਜਾ ਜੀ ਸ਼ਰਜੀਲ ਅਹਿਮਦ ਔਰ ਉਸ ਤੋਂ ਬਾਅਦ ਹਾਜੀ ਖਾਲਿਦ ਸਾਹਿਬ ਨੇ ਸਾਡੇ ਨਾਲ, ਠੀਕ ਹੈ ਜੀ। ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਆਓ ਜੀ ਬੇਟੀ ਚੱਲਦੇ ਅੰਦਰ। ਇਹ ਗੋਲਕ ਹੈ ਜੀ, ਉਹ ਗੋਲਕ ਲਿਖੀ ਹੋਈ ਹੈ ਉਹਦਾ, ਇਹ ਫੜੋ ਬੇਟਾ। ਹਾਂਜੀ ਜੀ, ਗੋਲਕ ਬਾਹਰ ਹੀ ਹੁੰਦੀ, ਅੰਦਰ ਨਹੀਂ ਹੁੰਦੀ। ਇਹਦਾ ਕੰਮ ਜਿਹੜਾ ਹੁੰਦਾ ਬਾਹਰ ਹੀ ਹੈ, ਬਾਹਰ ਹੀ ਹੁੰਦਾ ਤੇ ਪਰ ਹੋਰ ਵੀ ਲੱਗੀ ਹੋਈ, ਹੋਰ ਵੀ ਸਾਰਾ ਕੁਝ ਬਾਹਰ ਮੇਨ ਗੇਟ ਤੇ ਵੀ ਹੈਗੀ ਹੈ, ਪਿੱਛੇ ਵੀ ਬੰਦਾ ਮਾਸਕ ਲਗਾ ਕੇ ਅਹਿਮਦ ਆਪ ਜ਼ਰਾ ਇਸਕੂਲ ਆਫ ਹੋ ਜਾਏਗਾ ਨਾ, ਬਿਲਕੁਲ ਹਾਂਜੀ ਜੀ। ਅਸੀਂ ਪਹੁੰਚੇ ਹੋਏ ਹਾਂ ਦਰਬਾਰ ਹਜ਼ਰਤ ਮੀਆਂ ਮੀਰ ਔਰ ਮੈਂ ਕਹਾਂਗਾ ਕਿ ਇੱਕ ਪਾਏ ਦੀ ਹਸਤੀ ਸਾਡੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਔਰ ਇਹਨਾਂ ਦੀ ਇਨਸਾਨੀਅਤ ਦੋਸਤ ਮਿਸਾਲ ਜਿਹੜੀ ਹੈ ਕਿ ਤੁਹਾਨੂੰ ਦੱਸਿਆ ਵੀ ਹੈ ਕਿ ਸਾਡੇ ਨਾਲ ਆਏ ਹੋਏ ਸਾਡੇ ਵੀਰ ਨਿਸ਼ਾਨ ਸਿੰਘ ਜੀ ਮੈਲਬਰਨ ਤੋਂ ਔਰ ਸਪੈਸ਼ਲ ਹਾਜ਼ਰੀ ਦੇਣ ਲਈ ਸਲਾਮ ਇੱਥੇ ਪਹੁੰਚੇ ਹੋਏ ਜੀ। ਬਾਲਾ ਪੀਰ ਸ਼ਾਮੀਰ ਕਾਦਰੀ ਰਹਿਮਤ ਅੱਲਾਹ ਅਲੈਹ, ਇਹਨਾਂ ਦੇ ਲਕਬ ਹੈਗੇ ਨੇ। ਜਿਹੜੀ ਮਜ਼ਾਰ ਹੈ ਉਹ ਤਲੇ ਤਖਾਨੇ ਦੇ ਅੰਦਰ ਇੱਕ ਤਵੀ ਬਣਿਆ ਹੈ, ਥੱਲੇ ਪੂਰੇ ਕਮਰਾ ਹੈਗਾ ਨੀਚੇ। ਉੱਦਾਂ ਹੀ ਹੈ ਜੀ ਜਿੱਦਾਂ ਥੱਲੇ ਦੱਸਿਆ, ਉੱਥੇ ਥੋੜ੍ਹਾ ਸਾਹਿਬ ਹੈ ਨਾ ਗੁਰਦੁਆਰੇ ਦੇ ਵਿੱਚ, ਉਸੇ ਤਰ੍ਹਾਂ ਹੀ ਇਹਨਾਂ ਦੇ ਥੱਲੇ ਜਿਹੜਾ ਅਸਲ ਜਿਹੜੀ ਹੈ ਪੱਕੀ ਪੱਕੀ ਕਬਰ ਬਣਾਉਣ ਦੀ ਇਜਾਜ਼ਤ ਨਹੀਂ ਹੈਗੀ। ਇਹ ਤਾਂ ਸਿਰਫ ਇਸ ਵਾਸਤੇ ਹੈ ਕਿ ਨਿਸ਼ਾਨ ਜਿਹੜਾ ਹੈ ਨਾ ਉਹ ਤਿੰਨ ਦਰਾ ਹੈ, ਓਰਿਜਨਲ ਜਿਹੜੀ ਹੈ ਉਹ ਕੱਚੀ। ਬਹੁਤ ਸ਼ੁਕਰੀਆ ਜੀ, ਫਿਰ ਹਾਜ਼ਰ ਹੁੰਦੇ ਹਾਂ ਜੀ ਅਸੀਂ ਕਿਸੇ ਹੋਰ ਅਸਥਾਨ ਦੇ ਜੀ। ਬਿਲਕੁਲ ਜੀ, ਤੁਸੀਂ ਕੋਈ ਥੋੜ੍ਹਾ ਜਿਹਾ ਦੱਸ ਦਿਓ, ਹੋਰ ਕੋਈ ਗੱਲ ਕਰੋ। ਮੈਂ ਕਹਿ ਸਕਦਾ ਜੀ ਇਹ ਤੇ ਗੁਰਬਾਣੀ ਇਹ ਕਹਿੰਦੀ ਕਿ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ, ਜਿਸ ਦੇ ਨਾਲ ਲੱਗਾ ਉਹਦੇ ਨਾਲ ਸਿਰੇ ਚੜ੍ਹ ਜਾਵੇ ਉਹ ਪ੍ਰਵਾਨ ਹੋ ਜਾਂਦਾ। ਇਹ ਤੇ ਉਹ ਆ ਜਿਹੜੇ ਪ੍ਰਵਾਨ ਹੋਏ ਆ, ਹੈ ਕਿ ਨਹੀਂ? ਇਹਨਾਂ ਨੇ ਰੱਬ ਨਾਲ ਪ੍ਰੇਮ ਪਿਆਰ ਪਾਇਆ ਤੇ ਉੱਥੇ ਤੱਕ ਪੂਰਾ ਨਿਭ ਗਿਆ ਇਹਨਾਂ ਦਾ। ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਆਫੀਸ਼ੀਅਲ ਔਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਦਰਬਾਰ ਹਜ਼ਰਤ ਮੀਆਂ ਮੀਰ ਔਰ ਸਾਡੇ ਨਾਲ ਪਹੁੰਚੇ ਸੀ ਸਾਡੇ ਆਨਰੇਬਲ ਗੈਸਟ ਨਿਸ਼ਾਨ ਸਿੰਘ ਜੀ ਮੈਲਬਰਨ ਤੋਂ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਜੋ ਦੇਖ ਰਹੇ ਹੋ ਸਥਾਨ ਅਸੀਂ ਤੁਹਾਨੂੰ ਪੂਰੇ ਦਰਸ਼ਨ ਅਤੇ ਦੀਦਾਰ ਕਰਵਾਉਂਦੇ ਹਾਂ ਜੀ। ਲੋਕ ਜਿਹੜੇ ਆ ਸਾਡੇ ਪਹੁੰਚ ਗਏ ਐਜ਼ ਯੂਜੂਅਲ, ਕੋਈ ਵੀ ਸਿੰਘ ਜਦੋਂ ਪਾਕਿਸਤਾਨ ਪਹੁੰਚਦਾ ਤਾਂ ਸੈਲਫੀਆਂ ਔਰ ਵੀਡੀਓਜ਼ ਜਿਹੜੀਆਂ ਜਾਰੀ ਹੋ ਜਾਂਦੀਆਂ ਨੇ, ਸੇਮ ਲਾਈਕ ਹੈ ਜੀ। ਔਰ ਮੁਸਲਿਮ ਟ੍ਰੈਡੀਸ਼ਨ ਦੇ ਤਹਿਤ ਜਿਹੜੇ ਲੋਕ ਨੇ ਉਹ ਦੁਆ ਕਰਦੇ ਨੇ, ਕੁਰਾਨ ਪਾਕ ਦੀ ਜਿਹੜੀ ਹੈ ਤਲਾਵਤ ਕਰਦੇ ਨੇ ਦਰਬਾਰ ਦੇ ਵਿੱਚ ਆ ਕੇ,
ਇਸ ਤਰ੍ਹਾਂ ਹੀ ਤਿਲਾਵਤ ਕੀਤੀ ਜਾ ਰਹੀ ਹੈ, ਨਾਲ ਦੀ ਨਾਲ ਹੀ ਫਾਤਿਹਾ ਪੜ੍ਹੀ ਜਾਂਦੀ ਹੈ। ਦਰਬਾਰ ਹਜ਼ਰਤ ਨੀਅਮੀਰ।